ਬਹੁਤ ਸਾਰੀ ਜਗ੍ਹਾ ਤੇ ਜੋ 21 ਦਿਨ ਪਹਿਲਾਂ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ ਉਹ ਕਾਮਯਾਬੀ ਦੇ ਨਾਲ ਆਪਣੇ 21 ਦਿਨ ਪੂਰੇ ਕਰ ਚੁੱਕੀ ਹੈ ਤੇ ਹੁਣ ਕਿਸਾਨ ਵੀਰਾਂ ਨੂੰ ਪਾਣੀ ਲਗਾ ਰਹੇ ਐ ਕਿਹੜੀ ਕਿਹੜੀ ਖਾਦ ਕਦੋਂ ਪਾਈ ਜਾਵੇ ਤੇ ਕਿਹੜੇ ਕਿਹੜੇ ਨਦੀਨ ਆਸ਼ ਖੇਤ ਦੇ ਵਿੱਚ ਵਰਤੇ ਜਾਣ ਇਹ ਸਬੰਧੀ ਕਿਸਾਨ ਵੀਰ ਬਾਰ-ਬਾਰ ਪੁੱਛ ਰਹੇ ਐ ਔਰ ਸਬੰਧੀ ਮੈਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਨਵੇਂ ਕਿਸਾਨ ਆਪਣੇ ਨਾਲ ਜੁੜੇ ਐ ਉਹਨਾਂ ਨੂੰ ਬੇਨਤੀ ਕਰਦਾ ਕਿ ਚੈਨਲ ਦਾ ਪੂਰਾ ਲਾਹਾ ਲੈਣ ਵਾਸਤੇ ਤੁਸੀਂ ਮੇਰੀ ਖੇਤੀ ਮੇਰਾ ਕਿਸਾਨ YouTube ਚੈਨਲ ਲਾਲਪਟਨਪ ਕੇ ਸਬਸਕ੍ਰਾਈਬ ਕਰ ਸਕਦੇ ਹੋ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੁਆਇਨ ਕਰ ਸਕਦੇ ਹੋ ਕਈ ਜਗ੍ਹਾ ਤੇ ਝੋਨੇ ਦੀ ਸਿੱਧੀ ਬਜਾਈ 'ਚ ਦਿੱਕਤਾਂ ਵੀ ਆਈਆਂ ਔਰ ਇੱਥੇ ਇੱਕ ਅਲੱਗ ਵੀਡੀਓ ਕਰਦੇ ਆਂ ਪਰੰਤੂ ਅੱਜ ਆਪਾਂ ਖਾਦਾਂ ਦੇ ਪ੍ਰਬੰਧ ਦੇ ਬਾਰੇ ਸਭ ਤੋਂ ਪਹਿਲਾਂ ਇੱਕ ਗੱਲ ਨੋਟ ਕਰਨਾ ਕਿ ਇਹ ਵੀਡੀਓ ਕੇਵਲ ਤੇ ਕੇਵਲ ਮੈਂ ਆਪਣੇ ਨਿੱਜੀ ਤਜਰਬਿਆਂ ਦੇ ਉੱਪਰ ਆਧਾਰਿਤ ਬਣਾ ਰਿਹਾ ਹਾਂ ਮੈਂ ਕਿਸੇ ਸੰਸਥਾ ਵੱਲੋਂ ਕਿਸੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਹੋਈਆਂ ਚੀਜ਼ਾਂ ਦੀ ਗੱਲ ਇਸ ਵੀਡੀਓ ਦੇ ਵਿੱਚ ਨਹੀਂ ਕਰਾਂਗਾ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਪਾਣੀ ਜ਼ਰੂਰੀ ਨਹੀਂ ਹੈਗਾ ਕਿ 21 ਦਿਨ ਤੇ ਪਾਣੀ ਲਗਾਉਣਾ ਹੈ। ਪਾਣੀ ਤੁਸੀਂ 30 ਦਿਨ ਤੇ ਵੀ ਲਿਆ ਸਕਦੇ ਹੋ, 35 ਦਿਨ ਤੇ ਵੀ ਲਿਆ ਸਕਦੇ ਹੋ। ਇਸ ਵਿਧੀ ਦੀ ਕਾਮਯਾਬੀ ਜਿਹੜੀ ਹੈਗੀ ਹੈ ਝੋਨੇ ਨੂੰ ਲੇਟ ਪਾਣੀ ਲਾਉਣ ਦੇ ਵਿੱਚ ਹੀ ਛੁਪੀ ਹੋਈ ਹੈ ਜਾਂ ਲੁਕੀ ਹੋਈ ਹੈ। ਜਦੋਂ ਅਸੀਂ ਪਹਿਲਾ ਪਾਣੀ ਲਗਾ ਦਿੰਨੇ ਆ ਖੇਤ ਦੇ ਵਿੱਚ ਤਾਂ ਨਾਲ ਦੀ ਨਾਲ ਮੈਂ ਘਟੋ ਘਟਾ ਆਪਣੇ ਖੇਤ ਦੇ ਵਿੱਚ ਡਬਲ ਸ਼ੋਰ ਹੋਣਾ ਚਾਹਣਾ ਹੈ ਕਿ ਹੁਣ ਕੋਈ ਨਦੀਨ ਨਹੀਂ ਉਗੇਗਾ ਤਾਂ ਨਦੀਨ ਨੂੰ ਰੋਕਣ ਵਾਸਤੇ ਬਾਜ਼ਾਰ ਦੇ ਵਿੱਚ ਦੋ ਦਵਾਈਆਂ ਹੁੰਦੀਆਂ ਜਿਹੜੀਆਂ ਘੱਟ ਪਾਣੀ ਦੇ ਵਿੱਚ ਕੰਮ ਕਰਦੀਆਂ ਪਹਿਲੀ ਦਵਾਈ ਪਹਿਲੀ ਦਵਾਈ ਹੈਗੀ ਹੈ ਪ੍ਰਟੀਲਾ ਕਲੋਰ ਨਾਮ ਧਿਆਨ ਨਾਲ ਸੁਣੋ ਪ੍ਰਟੀਲਾ ਕਲੋਰ ਇਹ ਸਾਲਟ ਹੈ ਪ੍ਰਟੀਲਾ ਕਲੋਰ ਇਹਦੇ ਵਿੱਚ ਤੱਤ ਹੁੰਦਾ ਪਟਿਲਾ ਕਲੋਰ 37 EW 37 EW ਇਹ ਦਵਾਈ ਮੈਂ ਆਪਣੇ ਖੇਤ ਦੇ ਵਿੱਚ ਲਗਭਗ 600 ਮਿਲੀਲੀਟਰ ਵਰਤਦਾ ਹਾਂ 21 ਦਿਨ ਤੋਂ ਬਾਅਦ ਦੇ ਵਿੱਚ ਜਦੋਂ ਪਹਿਲਾ ਪਾਣੀ ਲਾਈਦਾ ਹੈ ਦੂਸਰੀ ਦਵਾਈ ਆਉਂਦੀ ਹੈ ਬੂਟਾ ਕਲੋਰ ਬੂਟਾ ਕਲੋਰ ਇਹ ਹੁੰਦੀ ਹੈ 50% EW ਤਾਂ ਇਹ ਦੋ ਦਵਾਈਆਂ ਆ ਤੁਹਾਡੇ ਕੋਲੇ ਬੂਟਾ ਕਲੋਰ 1 ਲੀਟਰ ਤੇ ਜਿਹੜੀ ਤੁਹਾਡੀ ਪ੍ਰਟੀਲਾ ਕਲੋਰ ਹੈ ਇਹ ਲਗਭਗ 600 ਮਿਲੀਲੀਟਰ ਮੈਂ ਆਪਣੇ ਖੇਤ ਦੇ ਵਿੱਚ ਵਰਤਦਾ ਹਾਂ ਬੂਟਾ ਕਲੋਰ ਦੇ ਨਾਲ ਇੱਕ ਪਲੱਸ ਪੁਆਇੰਟ ਹੈ ਕਿ ਜਿਹੜੇ ਪਿੱਛੋਂ ਰਹਿ ਚੁੱਕੇ ਬੂਟੇ ਹੁੰਦੇ ਆ ਨਿੱਕੇ ਨਿੱਕੇ ਢੰਗੂੜ ਮਾਰੇ ਹੁੰਦੇ ਆ ਉਹ ਸਾਰੇ ਦੇ ਸਾਰੇ ਮਾਰ ਦਿੰਦੀ ਹੈ। ਕਈ ਵਾਰੀ ਜੇ ਪਾਣੀ ਬੜਾ ਜ਼ਿਆਦਾ ਭਰਿਆ ਹੋਵੇ ਤਾਂ ਝੋਨੇ ਨੂੰ ਮਾੜਾ-ਮੋਟਾ ਝਟਕਾ ਮਾਰ ਸਕਦੀ ਹੈ ਪਰੰਤੂ ਕੋਈ ਬਹੁਤਾ ਨਹੀਂ ਮਾਰਦੀ ਇਹੇ। ਪਟਿਲਾ ਕਲੋਰ ਜਿਹੜੀ ਹੈਗੀ ਹੈ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੀ ਹੈ। ਉਹਦਾ ਤੁਹਾਡੇ ਖੇਤ ਦੇ ਉੱਪਰ ਕੁਝ ਨਹੀਂ ਹੁੰਦਾ। ਪਰੰਤੂ ਮੇਰੀ ਆਪਣੇ ਖੇਤ ਦੇ ਵਿੱਚ ਪਿਛਲੇ 6 ਸਾਲਾਂ ਤੋਂ ਜੇ ਪਹਿਲੀ ਪਸੰਦ ਹੈ ਤਾਂ ਉਹ ਬੂਟਾ ਕਲੋਰੀ ਹੈ। ਪਾਣੀ ਭਰ ਕੇ ਖੜੇ ਪਾਣੀ ਦੇ ਵਿੱਚ ਇਹ ਦਵਾਈਆਂ ਦੇ ਵਿੱਚੋਂ ਕੋਈ ਇੱਕ ਦਵਾਈ ਰੇਤਾ ਦੇ ਵਿੱਚ ਜਾਂ ਖਾਦ ਦੇ ਵਿੱਚ ਮਿਲਾ ਕੇ ਛਿਟਾ ਦਿੱਤਾ ਜਾਂਦਾ ਹੈ ਕਿਉਂਕਿ ਘੱਟ ਪਾਣੀ 'ਚ ਕਰਨਾ ਕੰਮ ਕਰਨ ਵਾਲੀਆਂ ਤਾਂ 2-4 ਘੰਟੇ ਦੇ ਵਿੱਚ ਪਾਣੀ ਜੀਰ ਜਾਂਦਾ ਔਰੋਂ ਤੱਕ ਇਹ ਕੰਮ ਕਰ ਜਾਂਦੀਆਂ ਆ ਆ ਕਈ ਵੀਰ ਤੁਹਾਨੂੰ ਡਰਾਏ ਜਾਂਦੇ ਆ ਕਿ ਬੂਟਾ ਮਰਜੂ ਫਲਾਣਾ ਹੋਜੂ ਪਾਣੀ ਤਾਂ ਖੜਦਾ ਨਹੀਂਗਾ ਬੂਟਾ ਕਿੱਥੋਂ ਮਰੇਗਾ 4 ਘੰਟੇ 'ਚ ਪਾਣੀ ਜੀਰ ਜਾਣਾ ਹੈ ਤੇ ਇੱਕ ਇਹ ਤਾਂ ਹੋ ਗਈ ਨਦੀਨ ਆਸ਼ਕ ਇਸ ਤੋਂ ਬਾਅਦ ਦੇ ਵਿੱਚ ਤੁਹਾਡੇ ਕੱਦੂ ਵਾਲੇ ਝੋਨੇ ਵਾਲਾ ਸਾਫ ਹੋ ਜਾਂਦਾ ਮੁੜ ਕੇ ਨਦੀਨ ਵਗੈਰਾ ਨਹੀਂ ਹੁੰਦਾ ਜੋ ਮੈਂ ਪਿਛਲੇ 6 ਸਾਲ ਦੇ ਵਿੱਚ ਅੱਜ ਤੱਕ ਇਹਦੇ ਤੋਂ ਬਿਨਾ ਹੋਰ ਕੋਈ ਸਪਰੇਅ ਖੇਤ ਦੇ ਵਿੱਚ ਨਦੀਨ ਕੰਟਰੋਲ ਕਰਨ ਵਾਸਤੇ ਨਹੀਂ ਕੀਤੀ ਜਿਹੜੀਆਂ ਤੁਸੀਂ ਕਈ ਦਵਾਈਆਂ ਦੇ ਨਾਮ ਲੈਣੇ ਆ ਉੱਪਰੋਂ ਸਪਰੇਅ ਕਰਨੀ ਪੈਂਦੀ ਉਹ ਕਦੇ ਨਹੀਂ ਕੀਤੀ ਹੁਣ ਅਗਲੀ ਗੱਲ ਆਉਂਦੀ ਹੈ ਕਿ ਖਾਦਾਂ ਖਾਦਾਂ ਦੇ ਵਿੱਚ ਡਿਟੇਲ 'ਚ ਵੀ ਗੱਲ ਕਰਾਂਗਾ ਕਿਸਾਨ ਵੀਰ ਇਹ ਪੁੱਛਦੇ ਐ ਸੁਪਰ ਡਾਈ ਪੋਟਾਸ਼ ਯੂਰੀਆ ਜ਼ਿੰਕ ਲੋਹਾ ਜਾਂ ਲੋਹਾ ਘਾਟ ਇਹਨਾਂ ਦੇ ਬਾਰੇ ਤਾਂ ਇਹਦੇ ਤੇ ਗੱਲ ਕਰਾਂ ਸਭ ਤੋਂ ਪਹਿਲੀ ਗੱਲ ਪਾਣੀ ਦੀ ਆਪਾਂ ਖਤਮ ਕਰ ਲਈਏ ਕਿ ਜਿਹੜਾ ਪਾਣੀ ਹੈ ਨਾ 21 ਦਿਨ ਤੋਂ ਬਾਅਦ ਤੁਸੀਂ ਜਦੋਂ ਵੀ ਪਾਣੀ ਖੇਤ ਚ ਲਾਤਾ ਉਸ ਤੋਂ ਬਾਅਦ ਦੇ ਵਿੱਚ ਖੇਤ ਨੂੰ ਗਿੱਲਾ ਰੱਖਣਾ ਹੈ ਜੇ ਕਿਤੇ ਚਿੱਟਾ ਵੀ ਹੋ ਜੇ ਕੋਈ ਦਿੱਕਤ ਨਹੀਂ ਹੈਗੀ ਲੇਕਿਨ ਖੇਤ ਨੂੰ ਗਿੱਲਾ ਰੱਖਣਾ ਤੇ ਜੇ ਦੋ ਉਂਗਲਾਂ ਚਾਰ ਉਂਗਲਾਂ ਪਾਣੀ ਭਰਿਆ ਵੀ ਰਹੇਗਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਬਸ 30 35 ਦਿਨ ਤੱਕ ਇੰਨਾ ਧਿਆਨ ਰੱਖਣਾ ਕਿ ਜੇ ਤਾਪਮਾਨ ਜ਼ਿਆਦਾ ਹਾਈ ਹੈਗਾ ਤਾਂ ਖੇਤ ਗਿੱਲਾ-ਗਿੱਲਾ ਰਹੇ ਤਾਂ ਵਧੀਆ ਗੱਲ ਹੈ ਉਸ ਤੋਂ ਬਾਅਦ ਜੇ ਪਾਣੀ ਪੋਰਾ ਵੱਧ ਵੀ ਭਰ ਜਾਊਗਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਜੇ ਤਾਂ ਤੁਸੀਂ ਕਣਕ ਨੂੰ ਪੂਰੀ ਡਾਇਆ ਖਾਦ ਪਾਈ ਹੈ ਤਾਂ ਝੋਨੇ ਨੂੰ ਪਾਉਣ ਦੀ ਲੋੜ ਨਹੀਂ ਹੁੰਦੀ। ਪਰੰਤੂ ਕਈ ਕਿਸਾਨ ਵੀਰ ਝੋਨੇ ਨੂੰ ਸਲਫਰ ਪਾਉਂਦੇ ਆ। ਤਾਂ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਬਾਜ਼ਾਰ 'ਚ ਜਿਹੜੀ ਸਲਫਰ ਲਿਆ ਕੇ ਪਾਉਣੀ ਹੈ ਉਹ ਮਹਿੰਗੀ ਪੈਂਦੀ ਹੈ। ਉਹਦੇ ਨਾਲੋਂ ਇੱਕ ਇੱਕ ਗੱਟਾ ਸੁਪਰ ਖਾਦ ਦਾ ਪਾ ਸਕਦੇ ਹਾਂ ਜਿਹਦੇ ਨਾਲ ਸਲਫਰ, ਕੈਲਸ਼ੀਅਮ ਤੇ ਫਾਸਫੋਰਸ ਮਿਲੇਗਾ। ਤੇ ਸੁਪਰ ਖਾਦ ਪਾਉਣੀ ਕਦੋਂ ਹੈ? ਜਦੋਂ ਆਪਾਂ ਮਚੈਰਟੀ ਪਾਉਣੀ ਹੈ ਨਾ ਮਚੈਰਟੀ ਮਿੱਟੀ ਚ ਰਲਾਉਣ ਦੀ ਜਗ੍ਹਾ ਪਹਿਲਾਂ ਪੋਰਾ ਮਿੱਟੀ ਚ ਰਲਾ ਕੇ ਮੁੜ ਕੇ ਉਹ ਮਿੱਟੀ ਖਾਦ ਦੇ ਵਿੱਚ ਰਲਾ ਲਓ ਤੇ ਇਕੱਠਾ ਹੀ ਛਿੱਟਾ ਦੇ ਦਿਓ ਸੁਪਰ ਫਾਟੇ ਦਾ ਪੋਟਾਸ਼ ਖਾਦ ਦੀ ਜੇ ਗੱਲ ਕਰੀਏ ਕਿ ਜੇ ਕਣਕ ਨੂੰ ਪਾਈ ਹੈ ਤਾਂ ਝੋਨੇ ਨੂੰ ਪਾਉਣ ਦੀ ਲੋੜ ਨਹੀਂ ਹੈਗੀ ਜੇਕਰ ਤੁਹਾਡੇ ਖੇਤ ਦੇ ਵਿੱਚ ਮਿੱਟੀ ਪਰਖ ਦੇ ਆਧਾਰ ਤੇ ਪੋਟਾਸ਼ ਦੀ ਘਾਟ ਹੈ ਤਾਂ ਤੁਸੀਂ ਕੋਈ ਅੱਧੀ ਬੋਰੀ ਪੋਟਾਸ਼ ਇਸੇ ਦੌਰ ਦੇ ਵਿੱਚ ਕਦੇ ਵੀ ਪਾ ਸਕਦੇ ਹਾਂ ਯੂਰੀਆ ਦੀ ਗੱਲ ਕਰੀਏ ਤਾਂ ਯੂਰੀਆ ਜਿਹੜੀ ਹੈਗੀ ਹੈ ਮੈਂ ਆਪਣੇ ਖੇਤਾਂ ਦੇ ਵਿੱਚ 24-25 ਦਿਨ ਤੇ ਪਹਿਲੀ ਯੂਰੀਆ ਸ਼ੁਰੂਆਤ ਕਰ ਦਿੰਦਾ ਜਾਂ ਇਹ ਕਹਿ ਲਈਏ ਕਿ ਜਦੋਂ ਪੌਂਲਾ ਪਹਿਲਾ ਪਾਣੀ ਲਗਾਇਆ ਹੋਇਆ ਜੀਰ ਜਾਂਦਾ ਹੈ ਤੇ ਪੈੜ ਤਰਾ ਹੋ ਜਾਂਦਾ ਹੈ ਉਸ ਟਾਈਮ ਤੇ ਪਹਿਲੀ ਯੂਰੀਆ ਦੀ ਡੋਜ਼ ਪਾਉਣਾ ਹੈ ਜਿਹੜੀ ਕਿ ਲਗਭਗ 20 ਕਿਲੋ ਪ੍ਰਤੀ ਕਿੱਲਾ ਦੇ ਹਿਸਾਬ ਦੇ ਨਾਲ ਪਾਈ ਜਾਂਦੀ ਹੈ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਯੂਰੀਆ ਪਾਉਣੀ ਹੈ ਪਹਿਲੀ ਯੂਰੀਆ ਤੋਂ 8 ਤੋਂ 10 ਦਿਨਾਂ ਦੇ ਵਕਫੇ ਦੇ ਨਾਲ ਅੱਧੀ ਅੱਧੀ ਬੋਰੀ ਕੜ ਕੇ ਹੁਣ ਅਗਲੀਆਂ ਡੋਜ਼ ਜਿੰਨੀਆਂ ਹੈਗੀਆਂ ਉਹ ਪੂਰੀਆਂ ਕਰ ਲਈਆਂ ਜਾਂਦੀਆਂ ਜਿਹੜੀ ਜ਼ਿੰਕ ਹੈ ਜ਼ਿੰਕ ਆਪਾਂ ਸਾਰੇ ਕਿਸਾਨ ਝੋਨੇ ਨੂੰ ਪਾਉਣੇ ਹੈ ਜ਼ਿੰਕ ਬਾਜ਼ਾਰ ਦੇ ਵਿੱਚ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੀ ਜ਼ਿੰਕ ਆਉਂਦੀ ਹੈ ਇੱਕ 33% ਵਾਲੀ ਹੁੰਦੀ ਹੈ ਇੱਕ 21% ਵਾਲੀ ਹੁੰਦੀ ਹੈ ਇੱਕ ਚਿਲੇਟਡ ਜ਼ਿੰਕ ਹੁੰਦੀ ਹੈ ਕਈ ਮਨਾਫਾ ਖੋੜ ਲੋਕ ਕਿਸਾਨ ਤੋਂ ਚਿਲੇਟਡ ਜ਼ਿੰਕ ਹੀ ਥੱਲੇ ਪਵਾਈ ਜਾਂਦੇ ਆ ਜਿਹੜੀ ਕਿ ਸਪਰੇਅ ਵਾਸਤੇ ਹੁੰਦੀ ਹੈ ਤਾਂ ਚਿਲੇਟਡ ਜ਼ਿੰਕ ਦਾ ਛਿੱਟਾ ਝੋਨੇ ਦੇ ਵਿੱਚ ਨਹੀਂ ਦੇਣਾ ਤੁਹਾਡੇ ਕੋਲੇ ਦੋ ਜ਼ਿੰਕ ਬਚੇ ਆ 33 ਵਾਲਾ ਤੇ 21 ਵਾਲਾ 33 ਵਾਲਾ ਜਿੰਕ ਤੁਸੀਂ 7.5 ਕਿਲੋ ਕਿल्ले ਦਾ ਵਰਤਣਾ ਹੈ 21 ਵਾਲਾ ਤੁਸੀਂ 10 ਕਿਲੋ ਵਰਤਣਾ ਹੈ ਇਹ ਹਰ ਸਾਲ ਯੂਨੀਵਰਸਿਟੀ ਦੀ ਸਪਾਰਸ਼ 33 ਵਾਲਾ 15 ਕਿਲੋ ਹੈ ਤੇ 21 ਵਾਲਾ 20 ਕਿਲੋ ਹੈ ਤਾਂ ਉਹ ਆਪਾਂ ਯੂਨੀਵਰਸਿਟੀ ਇਹ ਕਹਿੰਦੀ ਕਿ ਇੱਕ ਸਾਲ ਛੱਡ ਕੇ ਪਾ ਸਕਦੇ ਹਾਂ ਲੇਕਿਨ ਅਸੀਂ ਹਰ ਸਾਲ ਪਾਉਣੇ ਆ ਇਹਦੇ ਕਰਕੇ 33 ਵਾਲਾ 7.5 ਕਿਲੋ ਜਾਂ 21 ਵਾਲਾ 10 ਕਿਲੋ ਜਿੰਕ ਕਸੀ ਹਰ ਸਾਲ ਚੋਨੇ ਨੂੰ ਪਾ ਦਿੰਨੇ ਆ ਇਹ ਜਿੰਕ ਤੁਸੀਂ ਜਿਹੜਾ ਪਹਿਲਾ ਪਾਣੀ ਲਾਤਾ ਯੂਰੀਆ ਪਾਤੀ ਉਸ ਤੋਂ 2-4 ਦਿਨ ਦੇ ਵਕਫੇ ਤੇ ਖੇਤ ਦੇ ਵਿੱਚ ਪਾ ਸਕਦੇ ਆ ਕਈ ਕਿਸਾਨ ਵੀਰ ਪੁੱਛ ਰਹੇ ਆ ਕਿ ਲੋਹਾ ਘਾਟ ਮਤਲਬ ਕਿ ਫੈਰ ਸਲਫੇਟ ਲੋਹਾ ਜ਼ਮੀਨ ਦੇ ਵਿੱਚ ਪਾਉਣ ਦਾ ਕੋਈ ਲਾਭ ਨਹੀਂ ਹੈਗਾ ਜੀ ਇਹਨੂੰ ਜ਼ਮੀਨ ਦੇ ਵਿੱਚ ਨਾ ਪਾਇਆ ਜਾਵੇ ਤਾਂ ਚੰਗੀ ਗੱਲ ਹੈ ਕਈ ਦੁਕਾਨਦਾਰ ਕਿਸਾਨ ਨੂੰ ਡਰਾ ਰਹੇ ਆ ਇਹ ਚ ਲੋਏ ਦੀ ਘਾਟ ਆ ਜੂ ਇਹ ਫਲਾਨੀ ਘਾਟ ਆ ਜੂ ਢਿੰਕੀ ਘਾਟ ਆ ਜੂ ਇਹੋ ਜੀ ਕੋਈ ਘਾਟ ਨਹੀਂ ਆਉਂਦੀ ਜਿਹੜੇ ਕਿਸਾਨ ਵੀਰ ਨੇ 21 ਦਿਨ ਤੱਕ ਪਾਣੀ ਨਹੀਂ ਲਾਇਆ ਇਹ ਝੋਨੇ ਦੇ ਵਿੱਚ ਤੇ ਕੱਦੂ ਵਾਲੇ ਝੋਨੇ ਦੇ ਵਿੱਚ ਤੁਸੀਂ ਕੋਈ ਫਰਕ ਕਰੀ ਨਹੀਂ ਸਕਦੇ 21 ਦਿਨ ਤੋਂ ਬਾਅਦ ਦੇ ਵਿੱਚ ਹਾਂ ਇੱਕ ਕੰਮ ਆਪਾਂ ਜ਼ਰੂਰ ਕਰਨਾ ਹੈ ਕਿ ਜਦੋਂ ਝੋਨਾ ਤੀਕ ਦਿਨ ਦਾ ਹੋ ਜੇ ਝੋਨੇ ਦੇ ਵਿੱਚ ਪਾਣੀ ਭਰ ਕੇ ਜਿਹੜੀ ਜਗ੍ਹਾ ਤੇ ਬੂਟੇ ਹੈ ਨਹੀਂਗੇ ਜਿਹੜੇ ਦੋ ਦੋ ਸਿਆੜ ਮਰੇ ਹੋਏ ਐ ਜਿਹੜੀ ਜਗ੍ਹਾ ਤੋਂ ਚੂਹਿਆਂ ਨੇ ਖਾਦਾ ਹੋਇਆ ਉਸ ਜਗ੍ਹਾ ਤੇ ਅਸੀਂ ਸੰਗਣੇ ਥਾਂ ਤੋਂ ਡੱਕੇ ਪਟਕੇ ਲਾ ਦੇਣੇ ਐ ਤੇ ਉਹ ਜਿਹੜੀ ਗਿਣਤੀ ਹੈਗੀ ਉਹ ਸਾਡੀ ਪੂਰੀ ਹੋ ਜੇਗੀ ਤੇ ਤੁਸੀਂ ਇਹਨੂੰ ਟ੍ਰੀਟ ਕਰਨਾ ਹੈ ਕਿ ਮੈਂ ਕਦੋਂ ਕਰਕੇ ਲਾਇਆ ਭੁੱਲ ਜਾਓ ਤੁਸੀਂ ਕਿ ਇਹਨੂੰ ਤੁਸੀਂ ਇਹ ਡ੍ਰਿੱਲ ਦੇ ਨਾਲ ਬੀਜਿਆ ਸੀਗਾ ਉਹ ਪਾਣੀ ਦੀ ਮੈਨੇਜਮੈਂਟ ਅਸੀਂ ਹੋਰ ਚੰਗੇ ਤਰੀਕੇ ਨਾਲ ਕਰ ਸਕਦੇ ਆਂ ਪਰੰਤੂ ਔਰ ਸਾਈਡ ਤੇ ਮੈਂ ਤੁਹਾਨੂੰ ਅਗਲੇ ਸਾਲ ਲੈ ਕੇ ਜਾਊਂਗਾ ਇਸ ਸਾਲ ਮੈਂ ਤੁਹਾਨੂੰ ਇੱਕ ਹੀ ਕਹਿਣਾ ਹੈ ਕਿ ਖੇਤ ਨੂੰ ਗਿੱਲਾ ਰੱਖੋ ਗਿੱਲ ਬਾਕੀ ਜਿਹੜੀਆਂ ਹੋਰ ਚੀਜ਼ਾਂ ਉਹ ਆਪਾਂ ਗਾਂ ਜਿਵੇਂ ਜਿਵੇਂ ਟਾਈਮ ਆਏਗਾ ਓਵੇਂ ਗੱਲਬਾਤ ਕਰਦੇ ਰਵਾਂਗੇ ਤੇ ਤੁਸੀਂ ਇਸ ਵੀਡੀਓ ਦੇ ਦੌਰਾਨ ਪਿਛਲੇ ਸਾਲ ਦੇ ਝੋਨੇ ਤੇ ਬਾਸਮਤੀ ਦੀਆਂ ਫੋਟੋ ਵੀ ਦੇਖੀਆਂ ਉਮੀਦ ਕਰਦਾ ਹਾਂ ਕਿ ਜਾਣਕਾਰੀ ਤੁਹਾਡੇ ਲਈ ਸਹਾਈ ਹੋਏਗੀ ਇਹ ਜਾਣਕਾਰੀ ਮੇਰੇ ਵੱਲੋਂ ਮੇਰੇ ਖੇਤ ਦੇ ਵਿੱਚ ਕੀਤੇ ਜਾ ਰਹੇ ਜੋ ਕੰਮ ਹੈ ਉਹਦੇ ਉੱਤੇ ਆਧਾਰਿਤ ਸੀ ਇਹ ਜਿਹੜੀ ਕਿਸੇ ਵੱਲੋਂ ਕਿਸੇ ਸੰਸਥਾ ਵੱਲੋਂ ਜਿਹੜੀ ਹੈਗੀ ਹੈ ਸਪਾਰਸ਼ੁਦਾ ਜਾਣਕਾਰੀ ਨਹੀਂ ਸੀ ਮੈਂ ਆਪਣੇ ਨਿੱਜੀ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ